पौने की कहते बेचो? ये बेच कसकस पाई दी है, बादाम पाई दे है, काली मिर्च पाई दी है, ते मगज मुगज पाली दे है। ये महाराज के समय से चल रहा है ये मर्यादा। हाँ जी, पंच सिंघां ने छका के ना ते जिहड़ा गोला बनूंगा ना जी ओहदा सलोक हुंदा जी, ओह सलोक पढ़ के फिर ओह गोला निंदका ते मार देईदा जी। सुखा मिर्चा छाण के साफ किया दो बार, बाकी नुकदा जो बचे सिरम लिखदे झाड़, आया मलेशिया नुकदा तेरे बाल बच्चे नूं चुकदा, पट्टी तेरी मांस खाना तेरा खराब, सिंह चढ़नगे शिकार, बारह बारह कोहदा पड़ा चौबी कोहदा पड़ा, नुकता निर्मल गज गज करे बुलाए नाल हो जावे शहीदां सिंघां ते मन भावे। सत श्री अकाल। इस समय मैं सुल्तानपुर लोधी हां, गुरुद्वारा श्री बेर साहिब दे अहन सामने ए जिहड़ा एक कह लिए कि बाबा बिधी चंद हुणा दा जिहड़ा दल है इत्थे निहंग सिंघां दा, उन्हां दा जत्था जिहड़ा है इत्थे बैठा गुरुद्वारा साहिब दे बिल्कुल सामने आ, और स्वाब बन गया इन्हां दे नाल गल्लबात करन दा। तुसीं अक्सर सुणिया होणा वी निहंग सिंघां उन्हां दा घोटा पी के हर कोई तकड़ा हो जांदा है, और इह किद्दां बणाउंदे आ, की पाउंदे आ, इहदे विच प्रक्रिया की आ, सारा कुछ तुहानूं दस्सांगे। वाहेगुरु जी का खालसा, वाहेगुरु जी की फतेह। अच्छा, पौने की कहते बेच? ये बेच कसकस पाई दी है, बादाम पाई दे है, काली मिर्च पाई दी है, ते मगज मुगज पाली दे है। इनू करना की है? पहला सारे नु पा के ते फिर इनू पानी थोड़ा बला के घोटना। हां जी, इनू चंगे रगड़ना जी, बाद उदू बाद कपड़े छाण करदे आ जां एदां ही इहदे विच की रलाउंदे आ? नहीं, कपड़ छाण करीदा जी। कपड़ छाण करदे आ? हां जी। ते कपड़ छाण च पौने की है? कपड़ छाण करन तों बाद जिहड़ा निकलदा ठंड पालो, कुछ भी पा सकदे हो, मिठा चीजा नु करना फिर जानी के वधिया लगेगा छके बाद विच। ਘੋਟੇ ਦਾ ਇਤਿਹਾਸ ਕੀ ਆ? ਮਤਲਬ ਜੇ ਆਪਾਂ ਦੇਖਿਆ ਜਾਵੇ ਵੀ ਨਿਹੰਗ ਸਿੰਘ ਕਹਿੰਦੇ ਕਿ ਗੁਰੂ ਕੀ ਬੜੀ ਪਿਆਰੀ ਤੇ ਲਾਡਲੀ ਫੌਜ ਆ, ਇਹਦਾ ਕੋਈ ਇਤਿਹਾਸ ਦੱਸ ਸਕਦੇ ਹੋ? ਇਹ ਮਹਾਰਾਜ ਦੇ ਸਮੇਂ ਦਾ ਚੱਲ ਰਿਹਾ ਜੀ ਮਰਿਆਦਾ। ਹਾਂਜੀ, ਤੁਸੀਂ ਕਦੋਂ ਤੋਂ ਬਣਾਉਂਦੇ ਆ ਇਹ? ਤਾਂ ਮਤਲਬ ਇਹ ਬਾਬਾ ਜੀ ਵਾਹਵਾ ਸਮਾਂ ਹੋ ਗਿਆ ਸਾਨੂੰ ਬਣਾਉਂਦੇ ਨੇ। ਇਹ ਪੁਰਾਣੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਵਾ, ਉਹ ਜੋ ਮਰਿਆਦਾ ਅਨੁਸਾਰ ਚੱਲਦਾ ਆਉਂਦਾ ਵਾ ਉਹ ਅਸੀਂ ਚਲਾਉਂਦੇ ਆ ਜੀ। ਇਹ ਘੋਟਾ ਬਣਾਉਣ ਤੋਂ ਬਾਅਦ ਭੋਗ ਵੀ ਲੱਗਦਾ ਇਹਦਾ? ਹਾਂਜੀ ਮਹਾਰਾਜ, ਭੋਗ ਲਾਈਦਾ ਸ਼ਹੀਦਾਂ ਸਿੰਘਾਂ ਨੂੰ, ਅਰਦਾਸ ਬੇਨਤੀ ਕਰੀਦੀ ਆ ਜੀ। ਠੀਕ ਹੈ, ਤੇ ਫਿਰ ਪੂਰੇ ਪੂਰਾ ਜਿਹੜਾ ਦਾਲ ਆ ਉਹਨਾਂ ਦੇ ਵਿੱਚ ਤੁਸੀਂ ਵੰਡ ਦਿੰਦੇ ਹੋ? ਹਾਂਜੀ, ਉਹਨਾਂ ਦੇ ਛਕਾ ਦੇਈਦਾ ਜੀ ਸਾਰਿਆਂ ਨੂੰ। ਹਾਂਜੀ ਠੀਕ ਹੈ। ਹੁਣ ਤੁਹਾਨੂੰ ਇੱਥੇ ਮੇਲੇ ਚ ਆਏ ਹੋਏ ਕਿੰਨੇ ਦਿਨ ਹੋ ਗਏ? ਸਾਨੂੰ ਬਾਬਾ ਜੀ ਅਸੀਂ ਦਲਨਾ ਹੀ ਆ, ਦਲ ਦੇ ਨਾਲ ਹੀ ਦਲਨਾ ਹੀ ਆ। ਮਤਲਬ ਨੀ ਇੱਥੇ ਇੱਥੇ ਸੁਲਤਾਨਪੁਰ ਲੋਧੀ ਕਿੰਨੇ ਦਿਨ ਹੋ ਗਏ? ਪੰਜ ਦਿਨ ਹੋ ਗਏ। ਪੰਜ ਦਿਨ ਹੋ ਗਏ। ਅੱਛਾ, ਮੈਂ ਸੁਣਿਆ ਕੱਲ ਦੌੜਾਂ ਵੀ ਆ ਘੋੜਿਆਂ ਦੀ, ਤੇ ਕਿਹੜੇ ਘੋੜੇ ਖਾਸ ਆ ਜਿਹੜੇ ਦੌੜਨੇ? ਇਹ ਬਲਵੀਰ ਸੋਹਣਾ ਬੱਜੇ ਆ, ਤੇ ਇੱਕ ਜਿਹੜਾ ਦਾ ਜਰਮਨ ਸੋਹਣੇ ਤੰਬੂ ਗੋਲ ਬੱਜੇ ਆ, ਉਹ ਬਾਹਲੇ ਚੰਗੀ ਪੈਰੇ ਭੱਜਦੇ ਆ ਜੀ। ਠੀਕ ਹੈ ਜੀ। ਹਾਂਜੀ ਸਹੀ ਆ। ਅੱਛਾ, ਹੁਣ ਇਹ ਬਣਾ ਲੈਣੇ, ਉਦੋਂ ਬਾਅਦ ਤੁਸੀਂ ਇਹਦਾ ਇਹਨੂੰ ਕੀ ਕਰਦੇ ਹੋ? ਮਤਲਬ ਸਾਰੇ ਜਿਹੜੀ ਸੰਗਤ ਆ ਜਾਂ ਸਾਰੇ ਦਲ ਮੈਂਬਰਾਂ ਚ ਹੀ ਵੰਡਦੇ ਆ? ਸਾਰਿਆਂ ਸੰਗਤ ਜਿਹੜੀ ਆਉਂਦੀ ਉਹ ਚ ਵੀ ਛਕਾਈਦਾ ਜੀ। ਜਿਹੜੀ ਸੰਗਤ ਆਉਂਦੀ ਉਹਨੂੰ ਵੀ ਛਕਾਉਂਦੇ? ਹਾਂਜੀ। ਰੋਜ਼ ਰੋਜ਼ ਬਣਦਾ, ਰੋਜ਼ ਨਵੇਂ ਸਿਰੇ ਬਣਦਾ ਰੋਜ਼? ਕਿੰਨਾ ਕਿੰਨੀ ਜਿਹੜੀ ਸਮੱਗਰੀ ਆ ਪਾ ਦਿੰਦੇ? ਕਿੰਨੇ ਕਿਲੋ ਬਦਾਮ? ਕਿੰਨਾ ਉਹ ਸੰਗਤ ਦੇ ਹਿਸਾਬ ਨਾਲ ਪਾ ਲਈ ਜੀ। ਫਿਰ ਵੀ ਕਿੰਨਾ ਅੱਜ ਕਿੰਨਾ ਜਿਹੜਾ ਇਹ ਆ ਬਣਾ ਰਹੇ ਹੋ, ਤਾਂ ਅੱਜ ਕਿੰਨੇ ਲੋਕਾਂ ਦੇ ਲਈ ਬਣਾਉਣੇ? ਕਿੰਨੀ ਸੰਗਤ ਦੇ ਲਈ ਬਣਾ ਰਹੇ ਹੋ, ਤੇ ਕਿੰਨਾ ਕੁਛ? ਪੰਜਾਂ ਸਿੰਘਾਂ ਵਾਸਤੇ ਬਣਾਉਣਾ। ਇਹ ਸਿਰਫ ਪੰਜਾਂ ਸਿੰਘਾਂ ਲਈ? ਹਾਂਜੀ ਠੀਕ ਹੈ। ਤੇ ਜੇ ਹੁਣ ਪੂਰੇ ਪੂਰੇ ਦਲ ਲਈ ਬਣਾਉਣਾ ਹੋਵੇ ਤਾਂ ਫਿਰ ਕਿੰਨਾ ਲੱਗਦਾ? ਬਾਟਾ ਹੁੰਦਾ ਜੀ ਖੁੱਲਾ, ਉਹਦੇ ਵਿੱਚ ਪਾ ਕੇ ਰਸਤਾ ਲੈ ਲਈਦੀ, ਫਿਰ ਰਗੜ ਦਈਦੀ ਹੈ ਜੀ। ਹਾਂਜੀ। ਤੇ ਖਾਸ ਕਰਕੇ ਕੌਣ ਉਚੇਚੇ ਤੌਰ ਤੇ ਤੁਸੀਂ ਬਣਾਉਂਦੇ ਹੁੰਦੇ ਹੋ ਹਮੇਸ਼ਾ ਇਹਨੂੰ? ਹਾਂਜੀ। ਤੇ ਨਾਮ ਕੀ ਹੈ ਤੁਹਾਡਾ? ਸਤਨਾਮ ਸਿੰਘ। ਸਤਨਾਮ ਸਿੰਘ, ਕਿੰਨੇ ਦਿਨ ਕਿੰਨਾ ਚਿਰ ਹੋ ਗਿਆ, ਸਮਾਂ ਹੋ ਗਿਆ ਤੁਹਾਨੂੰ ਇਸ ਦਲ ਦੇ ਨਾਲ ਜੁੜੇ ਹੋਏ? ਇਹ ਡੇਢ ਕੁ ਸਾਲ ਹੋ ਚੱਲੇ। ਉਹਦਾ ਪਿਛੋਕੜ ਕਿੱਥੋਂ ਆ? ਬਰਵਾਲੇ ਤੋਂ ਜੀ। ਬਰਵਾਲੇ ਤੋਂ? ਹਾਂਜੀ। ਤੇ ਤੁਸੀਂ ਦੇਖਿਆ ਵੀ ਜਿਹੜੇ ਸਿੰਘ ਨੇ ਉਹ ਕਿੱਦਾਂ ਘੋਟਾ ਲਾਉਂਦੇ ਨੇ ਔਰ ਕਿੱਦਾਂ ਇਹਨੂੰ ਬਣਾਉਂਦੇ ਨੇ, ਬੜਾ ਮਸ਼ਹੂਰ ਹੁੰਦਾ ਹੈ। ਇਹ ਕਹਿੰਦੇ ਜੀ ਸ਼ਹੀਦਾਂ ਸਿੰਘਾਂ ਉਹਨਾਂ ਦੇ ਹੁਕਮ ਆ, ਇਹ ਜਿੱਦਾਂ ਮਰਿਆਦਾ ਚੱਲਦੀ ਆ ਰਹੀ ਆ ਉਸ ਮਰਿਆਦਾ ਦੇ ਤਹਿਤ ਜਿਹੜਾ ਆ ਇਹ ਪੂਰਾ ਅਸੀਂ ਬਣਾ ਰਹੇ ਆ, ਫਿਰ ਉਸ ਬਾਅਦ ਸੰਗਤ ਚ ਵੀ ਛਕਾਉਂਦੇ ਆ। ਅੱਜ ਜਿਹੜਾ ਫਿਲਹਾਲ ਬਣ ਰਿਹਾ ਇਹ ਪੰਜ ਸਿੰਘਾਂ ਦੇ ਲਈ ਬਣਦਾ, ਤੇ ਪੰਜ ਸਿੰਘਾਂ ਨੂੰ ਛਕਾਉਣ ਤੋਂ ਬਾਅਦ ਕੀ ਕਿਦਾਂ ਕਰਨ? ਪੰਜ ਸਿੰਘਾਂ ਨੂੰ ਛਕਾ ਕੇ ਨਾ ਤੇ ਜਿਹੜਾ ਗੋਲਾ ਬਣੂਗਾ ਨਾ ਜੀ ਉਹਦਾ ਸਲੋਕ ਹੁੰਦਾ ਜੀ, ਉਹ ਸਲੋਕ ਪੜ੍ਹ ਕੇ ਫਿਰ ਉਹ ਗੋਲਾ ਨਿੰਦਕਾਂ ਦੇ ਮਾਰ ਦੇਈਦਾ ਜੀ। ਕਿਹਨਾਂ ਤੇ ਮਾਰੀਦਾ ਜੀ? ਨਿੰਦਕਾਂ ਦੇ। ਨਿੰਦਕਾਂ ਦੇ? ਹਾਂਜੀ। ਅੱਛਾ, ਉਹ ਮੈਂ ਅੱਗੇ ਵੀ ਸਲੋਕ ਬਾਰੇ ਸੁਣਿਆ, ਸਲੋਕ ਇੱਦਾਂ ਬੋਲ ਸਕਦੇ ਸਲੋਕ ਤੁਸੀਂ? ਸੁੱਖਾ ਮਿਰਚਾ ਛਾਣ ਕੇ ਸਾਫ਼ ਕੀਆ ਦੋ ਵਾਰ, ਬਾਕੀ ਨੁਕਦਾ ਜੋ ਬਚੇ ਸਿਰਮ ਲਿਖਦੇ ਝਾੜ, ਆਇਆ ਮਲੇਸ਼ਿਆ ਨੁਕਦਾ ਤੇਰੇ ਬਾਲ ਬੱਚੇ ਨੂੰ ਚੁੱਕਦਾ, ਪੱਟੀ ਤੇਰੀ ਮਾਸ ਖਾਣਾ ਤੇਰਾ ਖਰਾਬ, ਸਿੰਘ ਚੜ੍ਹਨਗੇ ਸ਼ਿਕਾਰ, ਬਾਰਾਂ ਬਾਰਾਂ ਕੋਹਦਾ ਪੜਾ ਚੌਵੀ ਕੋਹਦਾ ਪੜਾ, ਨੁਕਤਾ ਨਿਰਮਲ ਗੱਜ ਗੱਜ ਕਰੇ ਬੁਲਾਏ ਨਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਭਾਵੇ। ਸਤਿ ਸ੍ਰੀ ਅਕਾਲ।
ਜਿਹੜਾ ਬਚਦਾ ਉਹਨੂੰ ਨੁਕਤਾ ਕਹਿੰਦੇ ਆ ਜੀ। ਤੇ ਉਹ ਆਪਾਂ ਛੱਕਦੇ ਨਹੀਂ ਹੈਗੇ, ਆਪਾਂ ਇਹ ਨਹੀਂ ਕਹਿੰਦੇ ਵੀ ਘੋੜਿਆਂ ਨੂੰ ਪਾਲੋ ਜਾਂ ਛੱਕਣਾ ਨਹੀਂ, ਕੁਛ ਨਹੀਂ ਕਰਨਾ, ਉਹ ਵਧਾ ਦਈਦਾ ਜੀ, ਉਹ ਵਧਾ ਦਈਦਾ। ਤੁਸੀਂ ਦੇਖ ਸਕਦੇ ਹੋ ਕਿਉਂਕਿ ਅਕਸਰ ਆਪਾਂ ਨੂੰ ਇਹ ਨੁਕਤਾ ਸੁਣਿਆ ਤਾਂ ਬਹੁਤ ਵਾਰੀ ਆ ਵੀ ਨੁਕਤਾ ਹੁੰਦਾ ਕੀ ਆ, ਅੱਜ ਬਾਬਾ ਜੀ ਨੇ ਨੁਕਤਾ ਦੱਸਿਆ ਵੀ ਔਰ ਨੁਕਤੇ ਦਾ ਸਲੋਕ ਵੀ ਦੱਸਿਆ ਵੀ ਕਿਵੇਂ ਪੜ੍ਹ ਕੇ ਅਸੀਂ ਜਿਹੜਾ ਨਿੰਦਕਾਂ ਦੇ ਉੱਤੇ ਮਾਰ ਦਈਦਾ ਵਧਾ ਦਈਦਾ ਆ, ਉਹਨੂੰ ਛੱਕਦੇ ਨਹੀਂ ਹੈਗੇ। ਮੈਂ ਜਸਿੰਦਰ ਸਿੰਘ ਖਹਿਰਾ ਲਗਾਤਾਰ ਤੁਹਾਡੇ ਨਾਲ ਇੱਦਾਂ ਦੀਆਂ ਸਟੋਰੀਆਂ, ਇੱਦਾਂ ਦੀਆਂ ਕਹਾਣੀਆਂ ਜਿਹੜੀਆਂ ਪੰਜਾਬ ਦਾ ਸੱਭਿਆਚਾਰ ਦਰਸਾਉਂਦੀਆਂ ਆ ਉਹ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂਗਾ। ਫਿਲਹਾਲ ਕੈਮਰਾਮੈਨ ਰਿੰਕੂ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਜਗਬਾਣੀ ਟੀਵੀ ਤੇ ਲਈ।